ਗੀਤਾ ਅੱਜ ਇੱਥੇ ਇੱਕ ਸਮੱਸਿਆ ਲੈ ਕੇ ਆਈ ਆਪਣੇ ਬੱਚੇ ਦੀ। ਇਹਦੇ ਬੱਚੇ ਦੇ ਦੋਨੇ ਅੱਖਾਂ ਦੇ ਵਿੱਚ ਮੋਤੀਆ, ਬੜੀ ਛੋਟੀ ਉਮਰ ਦੇ ਵਿੱਚ ਮੋਤੀਆ ਦਾ ਜਿਹੜਾ ਪ੍ਰੋਬਲਮ ਹੈ ਇਸ ਬੱਚੇ ਨੂੰ ਆਈ ਆ। ਬਸ ਇੱਧਰ ਦੇਖ ਮੇਰੇ ਵੱਲ, ਨਹੀਂ ਨਹੀਂ ਪੈਰੀਆਂ ਹੱਥ ਨਹੀਂ ਲਾਉਣਾ, ਇੱਧਰ ਦੇਖ, ਇੱਧਰ ਦੇਖੋ ਦਿੱਕਤਾ ਆ ਕਿੰਨੀ ਆ। ਆਹ ਹੁਣ ਅਬ ਚਾਰ ਘਰਾਂ ਦਾ ਝਾੜੂ ਪੋਚਾ ਕਰਕੇ ਬੱਚਿਆਂ ਨੂੰ ਰੋਟੀ ਖਵਾ ਰਹੀ ਆ। ਹੁਣ ਲਿਖਦਾ ਨੀ ਕੀ ਨਾਂ ਜੀ ਇਹਦਾ? ਵਿਕਾਸ। ਕਿੰਨੇ ਬੱਚੇ ਤੁਹਾਡੇ? ਛੇ ਬੱਚੇ। ਕਿਉਂ ਇਹ ਪੜ੍ਹਦਾ? ਕਹਾਂ ਕੌਣ ਸੀ ਕਲਾਸ ਮੇ? ਕਿਹੜੀ ਕਲਾਸ ਚ ਵਿਕਾਸ? ਤੂੰ ਸੱਚ ਬਤਾਣਾ ਹੈ? ਸੱਚ ਕੌਣ ਸੀ ਕਲਾਸ ਮੇ? ਇਧਰ ਦੇਖੋ ਮੇਰੀ ਤਰਫ, ਕੌਣ ਸੀ ਕਲਾਸ ਮੇ? ਬੋਲਦੇ ਕਰ ਉਹਦੇ ਦੂਸਰੇ ਪਿਤਾ ਜੀ ਕੀ ਕਰਦੇ ਇਹਨਾਂ ਦੇ? ਵੋ ਤੋ ਪਹਿਲੇ ਮਿਸਤਰੀ ਥੇ, ਚਿਨਾਈ ਮਿਸਤਰੀ ਮੇ ਜਬ ਸੇ ਉਨਕੇ ਲਿਏ ਜਬ ਸੇ ਮੇ ਪ੍ਰੋਬਲਮ ਹੈ, ਵੋ ਪੱਤੇ ਨਹੀਂ ਹੈ। ਮੰਜੇ ਪੇ ਪੜੇ? ਨਹੀਂ ਮੰਜੇ ਪੇ ਨਹੀਂ ਹੈ, ਅਬ ਤੋ ਬਸ ਚਲਨ ਫਿਰਨ ਲਗੇ ਹੈ। ਅਬ ਉਨਕੋ ਹੋਤਾ ਨਹੀਂ ਨਾ, ਪਹਿਲੇ ਇਨਕੇ ਲੀਵਰ ਸੜ ਗਿਆ ਥਾ, ਫਿਰ ਉਨਕੇ ਹੀ ਪਤਾ ਨਹੀਂ ਕਿਆ ਨਿਕਲਾ ਤੇ ਇਤਨਾ ਮੋਟਾ ਕੈਂਸਰ ਬਤਾ ਤੇ ਸਾਰੇ ਬੜੇ ਮੁਸ਼ਕਿਲ ਹੋ ਬਚੇ। ਬੀੜੀ ਜ਼ਿਆਦਾ ਪੀਂਦੇ? ਹਾਂ ਜਿਹੜੀ ਤੋ ਪੀ ਲੈਂਦੇ, ਦਾਰੂ ਵੀ ਪੀਤੇ ਹੈ ਪਹਿਲੇ। ਉਸੀ ਕੀ ਵਜ੍ਹਾ ਸੇ ਹੋ ਰਹਾ ਹੈ ਜੀ। ਕਾਸ ਤੂੰ ਬੜਾ ਹੋ ਕੇ ਕਿਆ ਬਣਨਾ ਬਾਈ? ਡਾਕਟਰ ਬਣਨਾ ਵਿਕਾਸ ਨੇ? ਹੈਲੋ ਡਾਕਟਰ ਸਾਹਿਬ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਕਾਸ, ਵਿਕਾਸ ਵੱਡਾ ਹੋ ਕੇ ਡਾਕਟਰ ਬਣਨਾ ਚਾਹੁੰਦਾ, ਅੱਜ ਦੂਜੀ ਕਲਾਸ 'ਚ ਆ। ਮਾਂ ਕਹਿੰਦੀ ਤੀਜੀ 'ਚ ਆ, ਉਹ ਕਹਿੰਦਾ ਮੈਂ ਦੂਜੀ 'ਚ ਆ। ਛੇ ਭੈਣ ਭਰਾ ਨੇ, ਚਾਰ ਭਰਾ ਨੇ ਅਤੇ ਦੋ ਭੈਣਾਂ ਨੇ, ਅਤੇ ਜਿਨ੍ਹਾਂ 'ਚੋਂ ਤਿੰਨ ਪੜ੍ਹਦੇ, ਤਿੰਨ ਪੜ੍ਹਦੇ ਨਹੀਂ। ਬਾਪ ਰਾਜਗਿਰੀ ਦਾ ਕੰਮ ਕਰਦਾ ਸੀ, ਮਿਸਤਰੀ ਸੀਗਾ, ਸੱਟ ਰੀੜ ਦੀ ਹੱਡੀ 'ਚ ਪ੍ਰੋਬਲਮ ਆ ਗਈ, ਹੁਣ ਕੰਮ ਵੀ ਨਹੀਂ ਕਰ ਹੁੰਦਾ। ਉਹ ਤੋਂ ਕਮਾਈ ਦਾ ਸਾਧਨ ਕੀ ਹੈ ਫਿਰ? ਤੁਸੀਂ ਕੀ ਕਰਦੇ ਹੋ? ਝਾੜੂ ਪੋਚਾ ਕਰਦੇ। ਕਿਤਨੇ ਘਰੋਂਗਾ? ਚਾਰ ਘਰਾਂ ਦਾ ਝਾੜੂ ਪੋਚਾ ਕਰਕੇ ਬੱਚਿਆਂ ਨੂੰ ਰੋਟੀ ਖਵਾ ਰਹੀ ਆ। ਕੀ ਨਾਂ ਤੁਹਾਡਾ ਭੈਣੇ? ਗੀਤਾ। ਗੀਤਾ, ਅਤੇ ਗੀਤਾ ਅੱਜ ਇੱਥੇ ਇੱਕ ਸਮੱਸਿਆ ਲੈ ਕੇ ਆਈ ਆਪਣੇ ਬੱਚੇ ਦੀ। ਇਹਦੇ ਬੱਚੇ ਦੇ ਦੋਨੇ ਅੱਖਾਂ ਦੇ ਵਿੱਚ ਮੋਤੀਆ, ਬੜੀ ਛੋਟੀ ਉਮਰ ਦੇ ਵਿੱਚ ਮੋਤੀਆ ਦਾ ਜਿਹੜਾ ਪ੍ਰੋਬਲਮ ਹੈ ਇਸ ਬੱਚੇ ਨੂੰ ਆਈ ਆ। ਬਹੁਤ ਘੱਟ ਆਉਂਦੀ ਹੈ, ਰੇਅਰ ਚਾਂਸ ਹੁੰਦੇ ਆ, ਅਤੇ ਡਾਕਟਰ ਦੱਸਦੇ ਆ ਵੀ ਦੋਨਾਂ ਅੱਖਾਂ ਦਾ ਹੀ ਓਪਰੇਸ਼ਨ ਹੋਣਾ ਇਹਦੇ। ਡਾਕਟਰਾਂ ਨੇ ਦੱਸਿਆ ਵੀ 40,000 ਰੁਪਇਆ ਖਰਚਾ ਆਉਣਾ, ਅਤੇ ਅਸੀਂ ਇਹਦਾ ਬੱਚੇ ਦਾ ਓਪਰੇਸ਼ਨ ਆ ਜਿਹੜਾ ਦੀਪਕ ਹਸਪਤਾਲ ਕਰਾਉਣ ਲੱਗੇ ਹਾਂ ਜੀ, ਉੱਥੇ ਐਡਮਿਟ ਕਰਾਉਣ ਲੱਗੇ ਹਾਂ ਬੱਚੇ ਨੂੰ। ਉੱਥੇ ਤੁਸੀਂ ਸਿੱਧਾ ਵਿਕਾਸ ਦੀ ਅੱਖਾਂ ਦੇ ਓਪਰੇਸ਼ਨ ਦੀ ਸੇਵਾ, ਇਹਦੇ ਇਲਾਜ ਵਾਸਤੇ ਜਮ੍ਹਾਂ ਕਰਾ ਸਕਦੇ ਹੋ। ਲਗਭਗ 35,000 ਤੋਂ 40,000 ਰੁਪਏ ਦਾ ਖਰਚਾ ਵਾ, ਤਾਂ ਜੋ ਵਿਕਾਸ ਦੀ ਇੱਕ ਅੱਖ ਜਿਹੜੀ ਆਹ ਵਾਲੀ ਅੱਖ ਹੈ ਤਾਂ ਬਿਲਕੁਲ ਨਹੀਂ ਦਿੰਦਾ, ਟੋਟਲੀ ਬਲਾਇੰਡ ਹੋ ਗਿਆ ਵਾ, ਅਤੇ ਇੱਧਰਲੀ ਅੱਖ ਤੋਂ ਵਿਕਾਸ ਨੂੰ ਦਿੰਦਾ ਵਾ, ਅਤੇ ਵਿਕਾਸ ਦੀਆਂ ਦੋਨੋਂ ਅੱਖਾਂ ਬਰਕਰਾਰ ਰਹਿਣ, ਇਹ ਬੱਚਾ ਆਪਣਾ ਸੁਪਨਾ ਪੂਰਾ ਕਰ ਸਕੇ ਡਾਕਟਰ ਬਣਨ ਦਾ। ਪਰ ਅੱਜ ਤਾਂ ਹਾਲਾਤ ਇਹ ਨੇ ਵੀ ਘਰ ਦੇ ਵਿੱਚ ਰੋਟੀ ਤੋਂ ਵੀ ਔਖੇ ਨੇ, ਅਤੇ ਕਰੋੜਾਂ ਰੁਪਈਆ ਡਾਕਟਰ ਦੀ ਫੀਸ ਦੇਣ ਲਈ ਸ਼ਾਇਦ ਕਿਤੇ ਕੋਈ ਭਗਵਾਨ ਆਪਣੇ ਆਪ ਹੀ ਕੋਈ ਇੰਤਜ਼ਾਮ ਕਰਨ, ਕੋਈ ਚਮਤਕਾਰ ਕਰਨ, ਅਤੇ ਇਸ ਬੱਚੇ ਦਾ ਸੁਪਨਾ ਪੂਰਾ ਹੋ ਸਕੇ। ਅਰਦਾਸ ਕਰਿਓ ਵਿਕਾਸ ਠੀਕ ਹੋ ਜਾਵੇ, ਤੰਦਰੁਸਤ ਹੋ ਜਾਵੇ, ਅਤੇ ਮਾਂ ਗੀਤਾ ਦਾ ਆਪਣੀ ਦਾ ਸਾਥ ਦੇ ਸਕੇ। ਉਹ ਝਾੜੂ ਪੋਚੇ ਲਾਉਂਦੀ ਆ, ਅਤੇ ਵਿਕਾਸ ਉਹਦੀ
ਜ਼ਿੰਦਗੀ ਨੂੰ ਔਰ ਦੁਨੀਆਂ ਨੂੰ ਬਦਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।